ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪੇਂਡੂ ਕਨੇਡੀਅਨ। ਅੱਜ ਆਪਾਂ ਖੜੇ ਹਾਂ ਜੀ ਬ੍ਰੈਂਪਟਨ ਦੀ ਪ੍ਰਾਇਮਰੀ ਐਂਡ ਸਟੀਲ ਦੀ ਬਿਜੀ ਇੰਟਰਸੈਕਸ਼ਨ 'ਤੇ। ਖਾਸ ਗੱਲ ਹੈਗੀ ਆ ਕਿ ਕਈ ਦਿਨਾਂ ਤੋਂ ਬਿਜੀ ਸੀਗੇ। ਬਿਜੀ ਹੋਣ ਦਾ ਕਾਰਨ ਸੀਗਾ ਵੀ ਆਪਾਂ ਆਪਦੇ ਕੰਮ 'ਚ ਬਿਜੀ ਸੀਗੇ। ਆਪਾਂ ਪਹਿਲਾਂ ਤੁਹਾਨੂੰ ਪਤਾ ਕਿਤਾਬਾਂ ਦਾ ਕੰਮ ਤੋਰਿਆ, ਫਿਰ ਆਪਾਂ ਟਿੰਟ ਦਾ ਕੰਮ ਤੋਰਿਆ ਦੂਜੀ ਸ਼ਾਪ 'ਤੇ, ਫਿਰ ਆਪਾਂ ਆਪਦਾ ਹੀ ਕਰ ਲਿਆ ਹੁਣ ਸਾਰਾ ਇੱਕੋ ਜਗ੍ਹਾ 'ਤੇ। ਉੱਧਰ ਹੀ ਬਿਜੀ ਸੀਗੇ ਦੁਕਾਨ ਦਕੂਣ ਲੈਣ ਦੇ ਵਿੱਚ, ਅਤੇ ਦਿਖਾਉਣ ਤੁਹਾਨੂੰ ਦਿਖਾਉਂਦੇ ਹਾਂ। ਤੁਹਾਡੀ ਸਾਰਿਆਂ ਦੀ ਮਿਹਰਬਾਨੀ ਕਰਕੇ, ਪਰਮਾਤਮਾ ਦੀ ਕਿਰਪਾ ਨਾਲ ਇੰਨੀ ਸੋਹਣੀ ਇੰਟਰਸੈਕਸ਼ਨ 'ਤੇ ਆਪਾਂ ਨੂੰ ਆਪਣੀ ਦੁਕਾਨ ਮਿਲੀ ਆ। ਇਹ ਨਾਲ ਬ੍ਰਹਿਮਲੀ ਵਗਦੀ ਹੈ ਜੀ, ਅਤੇ ਔਰਿੰਡਾ ਦਾ ਕਾਰਨਰ ਆ ਗਿਆ। ਆਹੀ ਆਪਣੀ ਵੱਡੀ ਦੁਕਾਨ ਇਹਦੇ ਮਗਰਲੇ ਪਾਸੇ, ਇਹ ਗੋਰਿਆਂ ਦੀ ਨਾਲ, ਅਤੇ ਨਾਲ ਹੀ ਆਪਾਂ ਨੂੰ ਦੂਜੀ ਮਿਲ ਗਈ ਜੀ। ਇੱਥੇ ਆਪਾਂ ਕੀ ਕੰਮ ਕਰਦੇ ਹਾਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਅਤੇ ਕੀ ਹਿਸਾਬ ਕਿਤਾਬ ਆ। ਆ ਜਾਓ ਚੱਲੀਏ। ਸੋ ਬੇਸਿਕਲੀ ਦੋ ਇੰਟਰੈਂਸਾਂ ਨੇ, ਆਹ 10 ਪਾਰਕਿੰਗਾਂ ਆਪਣੀਆਂ, ਅਤੇ ਇੱਕ ਐਂਟਰੈਂਸ ਇੱਧਰ ਦੀ ਹੈ ਜੀ, ਇੱਕ ਹੈਗੀ ਆ ਪਰਲੇ ਪਾਸੇ ਦੀ ਕਾਰਾਂ ਵਾਸਤੇ। ਆ ਜਾਓ ਪਹਿਲਾਂ ਆਪਾਂ ਇੱਧਰਲੀ ਐਂਟਰੈਂਸ ਚੱਲਦੇ ਹਾਂ। ਪਹਿਲਾਂ ਆਪਾਂ ਸੀਗੇ ਪਾਰਟਨਰਸ਼ਿਪ 'ਤੇ ਜਿੱਦਾਂ, ਅਤੇ ਹੁਣ ਆਪਾਂ ਆਪਦਾ ਹੀ ਕਰ ਲਿਆ ਸਾਰਾ ਪੱਕਾ ਕੰਮ। ਸੋ ਆ ਜਾਓ ਤੁਹਾਨੂੰ ਦਿਖਾਈਏ ਪਹਿਲਾਂ। ਆ ਜਾਓ ਇਹ ਪਿੱਛੇ ਆਪਣੀ ਸਟੋਰੇਜ ਵਗੈਰਾ ਹੋ ਗਈ, ਜੇ ਕਿਸੇ ਨੇ ਸਮਾਨ ਸਟੋਰ ਕਰਨਾ ਤੁਸੀਂ ਰੁਕਿਆ ਨਾ ਕਰੋ। ਆ ਜਾਓ ਅਤੇ ਇੱਧਰ ਆਪਣਾ ਹੋ ਗਿਆ ਜੀ, ਨਾਮ ਰੱਖਿਆ ਜੀ ਘੈਂਟ ਰਿਮਸ ਐਂਡ ਟਾਇਰ ਆਪਾਂ, ਅਤੇ ਇੱਥੇ ਜੀ ਵੜਨ ਸਾਰ ਆਪਾਂ ਨੂੰ ਇੱਧਰਲੇ ਪਾਸੇ ਜੀ ਆਪਣਾ ਕਿਤਾਬਾਂ ਦਾ ਹੋ ਗਿਆ, ਇੱਥੇ ਕਿਤਾਬ ਘਰ ਤੁਹਾਨੂੰ ਪਤਾ ਹੀ ਆ। ਇਹ ਐਡਰੈਸ ਹੁਣ ਤੁਸੀਂ ਨੋਟ ਕਰ ਲਓ, 24 ਬ੍ਰਹਿਮਲੀ ਰੋਡ 'ਤੇ। ਫੋਨ ਨੰਬਰ ਨੋਟ ਕਰ ਲਓ, ਫੋਨ ਜੇ ਤੁਸੀਂ ਰਿਮ ਟਾਇਰ ਪਵਾਉਣੇ ਹੋਣ, ਵਿੰਟਰ ਟਾਇਰ ਪਵਾਉਣੇ ਹੋਣ, ਬ੍ਰੇਕ ਪਵਾਉਣੇ ਹੋਣ, ਓਇਲ ਚੇਂਜ ਕਰਾਉਣਾ ਹੋਵੇ, ਟਿੰਟ ਕਰਾਉਣੀ ਹੋਵੇ, ਜਾਂ ਫਿਰ ਤੁਸੀਂ ਇਸ ਤੋਂ ਬਿਨਾਂ ਜੇ ਆਪਾਂ ਬਾਈ ਕਹਿ ਦਿੰਦੇ ਨੇ ਵੀ ਸਾਡੇ ਭਾਈ ਗੱਡੀਆਂ ਦੀ ਲਿਫਟ ਕਿੱਟਾਂ ਕਰਾਉਣੀਆਂ ਨੇ, ਸਪੇਸ ਸਾਰਾ ਕੁਛ ਹੀ ਆਪਾਂ ਇੱਥੇ ਕਰਦੇ ਹਾਂ ਇੱਕੋ ਲੋਕੇਸ਼ਨ 'ਤੇ। ਅੱਜ ਤੁਹਾਨੂੰ ਉੱਪਰੋਂ ਔਫਿਸ ਦਿਖਾਈਏ ਆਪਣਾ। ਇਹ ਸਾਰਾ ਅਸੀਂ ਆਪ ਹੀ ਤਿਆਰ ਕਰਵਾਇਆ, ਸਾਰੀਆਂ ਪੌੜੀਆਂ ਪੂੜੀਆਂ ਐਵਰੀਥਿੰਗ, ਅਤੇ ਆਪਾਂ ਇੱਧਰ ਹੀ ਬਿਜੀ ਸੀਗੇ। ਇਹ ਹੋ ਗਿਆ ਜੀ ਆਪਣਾ ਔਫਿਸ, ਇਹ ਅਸਲ ਦੇ ਵਿੱਚ ਆਪਾਂ ਇੱਧਰ ਹੀ ਬਿਜੀ ਸੀਗੇ, ਅਤੇ ਆਪਾਂ ਇੱਧਰ ਹੀ ਬਿਜੀ ਸੀਗੇ, ਇਹ ਆਪਾਂ ਲਿਆ ਅਤੇ ਇੱਧਰ ਆਪਣਾ ਔਫਿਸ ਹੋ ਗਿਆ। ਸੋ ਬੇਸਿਕਲੀ ਆਪਾਂ ਇੱਥੇ ਰਿਹਾ ਕਰਾਂਗੇ, ਅਤੇ ਆਪਾਂ ਹੁਣ ਤੁਹਾਨੂੰ ਗਰਾਜ ਦਿਖਾਉਂਦੇ ਹਾਂ ਜੀ, ਅਤੇ ਗਰਾਜ ਚੱਲਦੇ ਹਾਂ। ਜੋ ਆ ਜਾਓ ਜੀ, ਸੋ ਆ ਜਾਓ ਆ ਜਾਓ। ਸੋ ਸਾਰੇ ਵੀਰ ਦੇਖਦੇ ਸੀਗੇ ਮੈਂ ਬਿਜੀ ਸੀਗਾ, ਨਾ ਸੋਸ਼ਲ ਮੀਡੀਆ 'ਤੇ ਐਕਟਿਵ ਰਿਹਾ ਗਿਆ, ਕਿਉਂਕਿ ਦੁਕਾਨ ਲੈਣ 'ਚ ਬਿਜੀ ਹੋ ਗਏ। ਇੱਕੋ ਜਗ੍ਹਾ 'ਤੇ ਸਾਰਾ ਕੰਮ ਕਰ ਲਿਆ, ਅਤੇ ਵੈਸੇ ਤਾਂ ਮੈਂ ਇਹਦੀ ਵੀਡੀਓ ਪਾਈ ਸੀਗੀ ਇੱਕ ਮੁੰਡੇ ਨਾਲ ਵੀ ਕਿੰਨਾ ਖਰਚਾ ਹੋ ਗਿਆ, ਤੁਹਾਨੂੰ ਖਰਚਾ ਪਾਣੀ ਵੀ ਦੱਸਦੇ ਹਾਂ ਕਿੱਦਾਂ ਆਪਦਾ ਕੰਮ ਸ਼ੁਰੂ ਕਰਨਾ, ਉਹ ਸਾਰੀ ਗੱਲ। ਆ ਜਾਓ ਜੀ, ਇਹ ਆਪਾਂ ਦੁਕਾਨ ਲਈ ਹੈ ਜੀ ਸਾਰੀ, ਇੱਥੇ ਆਪਾਂ ਟਿੰਟ ਕਰਦੇ ਹਾਂ ਨਾਲ ਵਾਲੇ ਪਾਸੇ, ਬਾਈ ਟਿੰਟ ਕਰੀ ਜਾਂਦੇ ਆ। ਹੁਣ ਟਿੰਟ ਕਰਾਉਣੀ ਹੋਵੇ ਆਪਣੀ ਇੱਕੋ ਇੱਕ ਲੋਕੇਸ਼ਨ ਆ ਹੁਣ 24 ਬ੍ਰਹਿਮਲੀ ਰੋਡ 'ਤੇ, ਤੁਸੀਂ ਟਿੰਟ ਕਰਾਉਣੀ ਹੋਵੇ ਮੈਟ ਮੂਟ ਇੱਥੇ ਵੀ ਲਿਆ ਕੇ ਪਾ ਦਿੰਦੇ ਹਾਂ ਆਪਾਂ, ਅਸੈਸਰੀ ਸੁਸਰੀ ਮੰਗਾ ਰਹੇ ਹਾਂ। ਕੋਈ ਨਾ ਆ ਜਾਓ ਆ ਜਾਓ। ਸੋ ਆਪਾਂ ਬਾਈ ਦੇ ਪਾਉਣੇ ਹਾਂ ਜੀ ਰਿਮ, ਆਹ ਮੰਗਾਏ ਹੋਏ ਸੀਗੇ ਇਹ ਪਾਉਣੇ ਆ, ਅਤੇ ਬਾਈ ਦੇ ਤੁਸੀਂ ਰਿਮ ਪਾਉਣੇ ਹੁਣ, ਟਾਇਰ ਟੂਰ ਲੈਣੇ ਹੁਣ ਵਿੰਟਰ, ਕਿਉਂਕਿ ਮੂਹਰੇ ਵਿੰਟਰ ਆ ਰਹੀ ਹੈ। ਉੱਬਰ ਵਾਲੇ ਵੀਰ ਖਾਸ ਕਰਕੇ ਵਿੰਟਰ ਟਾਇਰ ਚਾਹੀਦੇ ਨੇ ਤੁਹਾਨੂੰ, ਕੁਛ ਵੀ ਚਾਹੀਦਾ ਦਿੱਤੇ ਨੰਬਰ 'ਤੇ ਕਾਲ ਕਰਕੇ ਤੁਸੀਂ ਆਪਦੇ ਵਿੰਟਰ ਟਾਇਰ ਰਿਮ ਟਿੰਟ ਬਾਰੇ ਪੁੱਛ ਸਕਦੇ ਹੋ। ਤੁਸੀਂ ਕੈਮਰੇ ਲਵਾਉਣੇ ਹੁਣ ਗੱਡੀਆਂ ਦੇ ਵਿੱਚ, ਇਨਸਾਈਡ ਬਾਹਰ ਸਾਰਾ ਕੁਛ ਇੱਥੇ ਲਾਉਣਾ। ਦੂਜੀ ਇੰਟਰਵਿਊ ਦਿਖਾ ਦਿੰਦੇ ਹਾਂ ਜੀ। ਖਾਸ ਗੱਲ ਹੈਗੀ ਜੀ, ਇੱਧਰ ਵੀ ਆ ਜਾਓ,
ਆਪਾਂ ਅਲਾਈਨਮੈਂਟ ਵੀ ਕਰਦੇ ਹਾਂ ਗੱਡੀਆਂ ਦੀ, ਅਤੇ ਇਹ ਗੱਡੀਆਂ ਦੀ ਅਲਾਈਨਮੈਂਟ ਵੀ ਇੱਥੇ ਹੋਇਆ ਕਰੂਗੀ। ਜੇ ਕਿਸੇ ਨੇ ਗੱਡੀ ਦੀ ਅਲਾਈਨਮੈਂਟ ਕਰਾਉਣੀ ਆ, ਡੀਲ ਵਧੀਆ ਚੱਲ ਰਹੀ ਆ, ਪਹਿਲੇ 50 ਕਸਟਮਰਾਂ ਲਈ 20% ਆਫ ਲਾਇਆ ਆਪਾਂ, ਅਤੇ ਆਪਾਂ ਤੁਹਾਨੂੰ ਇੰਟਰੈਂਸ ਦਿਖਾ ਦਈਏ ਅਤੇ ਖਰਚਾ ਵੀ ਦੱਸ ਦਈਏ ਕਿੰਨਾ ਕੁ ਹੋ ਗਿਆ, ਅਤੇ ਆਪਦਾ ਕੰਮ ਖੋਲ੍ਹਣ 'ਚ ਕਿੰਨੇ ਕੁ ਪੈਸੇ ਲੱਗ ਜਾਂਦੇ ਆ ਸਾਰਾ ਸਮਝਾ ਦਿੰਦੇ ਹਾਂ ਜੀ। ਆਜੋ ਇਹ ਹੈਗੀ ਹੈ ਜੀ ਆਪਣੀ ਦੂਜੀ ਇੰਟਰੈਂਸ, 4 ਅਤੇ 5 ਨੰਬਰ ਡੋਰ ਆਪਣਾ, ਬਾਕੀ ਗੋਰਿਆਂ ਦਾ ਉਹ ਕਰਦੇ ਨੇ ਟਰਾਂਸਮਿਸ਼ਨ ਦਾ ਕੰਮ, ਅਤੇ ਆਹ ਵੀ ਆਪਣੀ ਜਗ੍ਹਾ ਸਾਰੀ। ਜੇ ਤੁਸੀਂ ਗੱਡੀ ਪਾਰਕ ਵਗੈਰਾ ਕਰਨੀ ਹੈ, ਇੱਧਰ ਦੀ ਵੀ ਇੰਟਰ ਹੋ ਸਕਦੇ ਹੋ, ਪਰਲੇ ਪਾਸੇ ਦੀ ਵੀ ਇੰਟਰ ਹੋ ਸਕਦੇ ਹੋ। ਸੋ ਅਸਲ 'ਚ ਹੁਣ ਸਾਰੇ ਵੀਰ ਪੁੱਛਦੇ ਹੋਣਗੇ ਵੀ ਖਰਚਾ ਕਿੰਨਾ ਕੁ ਹੋ ਗਿਆ ਤੁਹਾਡਾ ਭਾਈ। ਖਰਚਾ ਡਿਪੈਂਡ ਕਰਦਾ ਤੁਸੀਂ ਕੰਮ ਕਿੱਦਾਂ ਦਾ ਤੋਰਨਾ, ਕਿਉਂਕਿ ਕਿਰਾਇਆ ਕਰਵਾਇਆ ਹੀ ਤੁਹਾਡਾ 20,000 ਹੋ ਜਾਂਦਾ ਲੋਕੇਸ਼ਨ ਦੇ ਹਿਸਾਬ ਨਾਲ। ਸਾਨੂੰ ਲੋਕੇਸ਼ਨ ਮਿਲੀ ਹੈ ਜੀ ਇਹ 4,000 ਸਕੁਅਰ ਫੀਟ ਆ, ਅਤੇ ਸਾਨੂੰ 7,500 ਰੈਂਟ ਬਣਿਆ, ਲਗਭਗ ਤੁਹਾਡਾ 20,000 ਤਾਂ ਰੈਂਟ 'ਤੇ ਲੱਗਦਾ। ਫਿਰ ਤੁਹਾਡੀ ਅਸੈਸਰੀ, ਤੁਸੀਂ ਕਿੰਨਾ ਕੁ ਵਿੱਚ ਸਮਾਨ ਰੱਖਣਾ, ਸੋ 40-50,000 ਤੱਕ ਚਲੀ ਗੱਲ ਚਲੀ ਜਾਂਦੀ ਆ। ਉਹ ਤੋਂ ਬਾਅਦ ਤੁਹਾਡੀ ਇਨਕਮ ਸਟਾਰਟ ਹੁੰਦੀ ਆ, ਤੁਸੀਂ ਕਿੰਨਾ ਕੁ ਤੁਸੀਂ ਉਹਦੇ 'ਚੋਂ ਤੁਹਾਨੂੰ ਪੈਸਾ ਬਣੂਗਾ, ਤੁਸੀਂ ਕੋਈ ਵੀ ਕੰਮ ਤੋਰਨਾ ਜਾਂ ਕਿਵੇਂ ਕਰਨਾ। ਸੋ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਆਪਦਾ ਤੁਸੀਂ ਆਪਦਾ ਬੈਕਅਪ ਰੱਖ ਕੇ ਚੱਲੋ, ਛੋਟੇ ਤੋਂ ਕਰ ਲਓ ਸਟਾਰਟ। ਪਹਿਲਾਂ ਜਿਵੇਂ ਮੈਂ ਪਹਿਲਾਂ ਕਿਸੇ ਨਾਲ ਕਰਦਾ ਰਿਹਾ, ਪਤਾ ਲੱਗ ਗਿਆ ਹੁਣ ਕੰਮ ਦਾ ਹੈ ਨਾ, ਫਿਰ ਆਪਾਂ ਜਦੋਂ ਲੱਗਿਆ ਵੀ ਆਪਾਂ ਜਰਾ ਆਪਦੇ ਕਰੀਏ, ਹੈ ਨਾ, ਫਿਰ ਇਸੇ ਕਰਕੇ ਆਪਾਂ ਆਪਦਾ ਖੋਲ੍ਹ ਲਿਆ। ਬਾਕੀ ਇੱਥੇ ਹੀ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਆਪਦੇ ਇਨਕਮ ਸੋਰਸ ਵਧਾਓ। ਇਨਕਮ ਸੋਰ ਤੁਸੀਂ ਇੰਡੀਆ ਦੇ ਵਿੱਚ ਆਪਦੀ ਜ਼ਮੀਨ ਬਾਏ ਕਰ ਸਕਦੇ ਹੋ, ਗੋਲਡ 'ਤੇ ਕਰ ਸਕਦੇ ਹੋ, ਇੱਥੇ ਤੁਸੀਂ ਪ੍ਰੋਪਰਟੀ 'ਤੇ ਇਨਵੈਸਟ ਕਰ ਸਕਦੇ ਹੋ, ਅਤੇ ਉਹਦੇ 'ਚ ਹੀ ਮੈਂ ਦੱਸਿਆ ਜੀ ਵੀ ਇੰਡੀਆ 'ਚ ਪੈਸੇ ਭੇਜਣੇ ਤੁਸੀਂ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਪੇਪੈਨੀ ਐਪ ਦਾ। ਪੇਪੈਨੀ ਐਪ ਹੈਗੀ ਹੈ ਜੇ ਤੁਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹੋ, ਯੂਰਪ, UK, ਕੈਨੇਡਾ, ਆਸਟ੍ਰੇਲੀਆ, ਤੁਸੀਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਗੂਗਲ ਨਾਲੋਂ ਵੱਧ ਇਹਦਾ ਰੇਟ ਮਿਲਦਾ। 24/7 ਇਹਦੀ ਹੈਗੀ ਹੈ ਤੁਹਾਨੂੰ ਕਸਟਮਰ ਸਰਵਿਸ, ਵਧੀਆ ਪੇ ਰੇਟ ਆ, ਅਤੇ ਤੁਸੀਂ ਆਪਦੇ ਇਸ 'ਤੇ ਪੈਸੇ ਵੀ ਕਮਾ ਸਕਦੇ ਹੋ ਆਪਦੇ ਦੋਸਤ ਨੂੰ ਰੈਫਰਲ ਕੋਡ ਭੇਜ ਕੇ। ਜੇ ਤੁਹਾਡਾ ਦੋਸਤ ਪਹਿਲੀ ਟ੍ਰਾਂਜੈਕਸ਼ਨ ਕਰੂ, $10 ਮਿਲਣਗੇ। ਸੋ ਪੇਪੈਨੀ ਐਪ ਦਾ ਪਹਿਲਾਂ ਜ਼ਿਕਰ ਕੀਤਾ ਸੀਗਾ, ਹੋਰ ਵੀ ਬਹੁਤ ਐਪਸ ਹੈਗੀਆਂ ਨੇ, ਸਕੈਮ ਬਹੁਤ ਹੁੰਦੇ ਨੇ। ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ, ਉੱਥੇ ਪ੍ਰੋਪਰਟੀ ਬਾਏ ਕਰਨੇ ਚਾਹੁੰਦੇ ਹੋ, ਤਾਂ ਤੁਸੀਂ ਇਸ ਐਪ ਰਾਹੀਂ ਪੈਸੇ ਭੇਜ ਸਕਦੇ ਹੋ ਆਪਦੇ ਮਾਂ ਬਾਪ ਨੂੰ। ਜਿੱਦਾਂ ਹੋਰ ਵੀ ਐਪਾਂ ਨੇ ਸਕੈਮ ਬਹੁਤ ਹੋ ਜਾਂਦੇ ਨੇ, ਪਰ ਇਹਦੀ ਖਾਸੀਅਤ ਕੀ ਆ, ਰੇਟ ਵਧੀਆ ਮਿਲਦਾ, ਅਤੇ ਬਾਕੀ ਹੈਗੀ ਆ ਸਰਵਿਸ ਇਹਦੀ 24/7 ਤੁਹਾਨੂੰ ਕਸਟਮਰ ਸਰਵਿਸ ਹੈਗੀ ਆ। ਹੋਰ ਜਾਣਕਾਰੀ ਤੁਸੀਂ ਐਪ ਡਾਊਨਲੋਡ ਕਰ ਲਓ ਅਤੇ ਰੈਫਰ ਕੋਡ ਭੇਜ ਕੇ ਤੁਸੀਂ ਆਪਦੇ ਪੈਸੇ ਵੀ ਕਮਾ ਸਕਦੇ ਹੋ। ਹੁਣ ਆਪਾਂ ਗੱਲ 'ਤੇ ਆਈਏ ਵਾਪਸ ਆਪਦੇ ਕੰਮ 'ਤੇ। ਹੁਣ ਜੇ ਤੁਸੀਂ ਟਿੰਟ ਕਰਵਾਉਣੀ ਆ, ਕੋਈ ਵੀ ਸਰਵਿਸ ਲੈਣੀ ਆ, ਆਪਣੀ ਇੱਕੋ ਇੱਕ ਲੋਕੇਸ਼ਨ ਆ 24 ਬ੍ਰਹਿਮਲੀ ਰੋਡ 'ਤੇ, ਤੁਹਾਡੇ ਪਿਆਰ ਦੇ ਸਦਕਾ ਹੀ ਆਪਾਂ ਕੰਮ ਸ਼ੁਰੂ ਕੀਤਾ, ਅਤੇ ਕੰਮ ਦਾ ਰਿਸਪੋਂਸ ਆਪਣਾ ਸੈਟਰਡੇ ਪਹਿਲਾ ਦਿਨ ਸੀਗਾ, ਸਾਰਾ ਦਿਨ ਬਿਜ਼ੀ ਰਿਹਾ, ਸੰਡੇ ਸਾਰਾ ਦਿਨ ਬਿਜ਼ੀ, ਅੱਜ ਮੰਡੇ ਆ, ਅੱਜ ਵੀ ਹਜੇ ਤੱਕ ਅਸੀਂ ਵਿਹਲੇ ਨਹੀਂ ਬੈਠੇ, ਸ਼ਾਮ ਦੇ 4 ਵੱਜ ਗਏ, ਅਤੇ ਹਜੇ ਵੀ ਤੋਂ ਵੱਧ ਅਪੁਆਇੰਟਮੈਂਟਾਂ ਹੈਗੀਆਂ ਨੇ। ਟਿੰਟ ਕਰਾਉਣੀ ਹੋਈ ਅਪੁਆਇੰਟਮੈਂਟ ਲੈ ਲਿਓ ਪਹਿਲਾਂ, ਕੈਮਰੇ ਲਵਾਉਣੇ ਹੋਣ ਜਾਂ ਕੋਈ ਵੀ ਤੁਹਾਨੂੰ ਹੋਰ ਟਿੰਟ, ਅਤੇ ਨਾਲ ਤੁਸੀਂ ਵਿੰਟਰ ਟਾਇਰ ਲੈਣੇ ਹੋਣ, ਰਿਮ ਲੈਣੇ ਹੋਣ ਆਪਦੀ ਮਨਪਸੰਦੀ ਦੇ, ਵਾਜਬ ਰੇਟ 'ਤੇ ਆਪਾਂ ਛਿੱਲ ਨਹੀਂ ਲਾਉਂਦੇ ਦੂਜਿਆਂ ਵਾਂਗੂ, ਕਿਉਂਕਿ ਆਪ ਸਟੂਡੈਂਟ ਆਏ ਸੀ, ਪਤਾ ਹੁੰਦਾ ਛਿੱਲ ਲਾਉਣ ਵਾਲੇ ਬਹੁਤ ਨੇ, ਕਿਉਂਕਿ ਇਹ ਕੰਮ ਦੇ ਵਿੱਚ ਲੁਕੋ ਬਹੁਤ ਜ਼ਿਆਦਾ। ਇਸ ਕੰਮ ਦੇ ਵਿੱਚ ਆ ਕੇ ਮੈਨੂੰ ਪਤਾ ਲੱਗਿਆ ਵੀ ਰਿਮ ਲੋਕ ਚਾਈਨੀਜ਼ ਸੜੇ ਮਾਲ ਲਿਆ ਕੇ ਟਾਇਰ ਟੂਰ ਉਹੀ 7-8 ਹਜ਼ਾਰ ਦੇ ਵੇਚੀ ਜਾਂਦੇ ਨੇ, ਅਤੇ ਆਪਣੇ ਵੀਰ ਪਵਾ ਵੀ ਲੈਂਦੇ ਕਿਉਂਕਿ 0 ਫਾਈਨੈਂਸ 'ਤੇ ਆ। ਆਪਾਂ ਵੀ 0 ਫਾਈਨੈਂਸ 'ਤੇ ਕਰਾਂਗੇ, ਪਰ ਜਨਤਾ ਨੂੰ ਹੁੰਦਾ ਵੀ ਯਾਰ $0 ਦੇਣਾ ਆਪਾਂ ਰਿਮ ਚੱਕ ਲੈਣੇ ਆ, ਪਰ ਕਿਸ਼ਤਾਂ ਆਉਂਦੀਆਂ ਉਹਦੀਆਂ 7-8 ਹਜ਼ਾਰ 'ਤੇ ਗੱਲ ਬਣ ਜਾਂਦੀ ਆ। ਸੋ ਤੁਸੀਂ ਹੁਣ ਤੱਕ ਇੰਨਾ ਪਿਆਰ ਦਿੱਤਾ, ਤੁਹਾਡੇ ਪਿਆਰ ਸਦਕਾ ਆਪਾਂ ਤੱਕ ਪਹੁੰਚੇ ਹਾਂ। ਕੋਈ ਵੀ ਸਰਵਿਸ ਦੀ ਲੋੜ ਹੋਵੇ ਐਨੀ ਟਾਈਮ ਵਿਜਿਟ ਕਰ ਸਕਦੇ ਹੋ। 7 ਦਿਨ ਆਪਣੀ ਸ਼ੋਪ ਖੁੱਲ੍ਹੀ ਹੁੰਦੀ ਆ, ਸੈਟਰਡੇ ਵਾਲੇ ਦਿਨ ਆਪਾਂ ਦੁਪਹਿਰੇ ਖੁੱਲ੍ਹਦੇ ਹਾਂ, ਪਰ ਆਪਾਂ ਤਾਂ 9 ਵਜੇ ਆ ਜਾਂਦੇ ਹਾਂ। ਬਸ ਕਿਤਾਬਾਂ ਲੈਣੀਆਂ ਹੋਣ, ਕੋਈ ਵੀ ਚੀਜ਼ ਲੈਣੀ ਹੋਵੇ, ਪਹੁੰਚਣਾ ਕਿੱਥੇ ਆ ਜੀ, ਘੈਂਟ ਰਿਮ ਐਂਡ ਟਾਇਰ, 24 ਬ੍ਰਹਿਮਲੀ ਰੋਡ।